ਅੱਜ ਅਸੀਂ ਬੱਚਿਓ ਲਿਵਿੰਗ ਥਿੰਗਸ ਅਤੇ ਨੋਨ ਲਿਵਿੰਗ ਥਿੰਗਸ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਲਿਵਿੰਗ ਥਿੰਗਸ ਕੀ ਹੁੰਦੀਆਂ ਨੇ? ਪਲਾਂਟਸ, ਐਨੀਮਲਸ, ਬਰਡਸ, ਹਿਊਮਨ ਬੀਇੰਗਸ, ਇਹ ਸਾਰੇ ਕੀ ਆ? ਲਿਵਿੰਗ ਥਿੰਗਸ ਆ, ਠੀਕ ਆ, ਜਿਹਦੇ ਅੰਦਰ ਅਸੀਂ ਜਿਹੜੀਆਂ ਲਿਵਿੰਗ ਮਤਲਬ ਜਿਹੜੀਆਂ ਸਾਹ ਲੈਂਦੀਆਂ ਆ, ਜਿਹੜੇ ਕੰਮ ਕਰਦੇ ਆ, ਉਹ ਸਾਰੀਆਂ ਲਿਵਿੰਗ ਥਿੰਗਸ ਆ ਜਾਂਦੀਆਂ ਨੇ। ਉਹਦੇ ਅੰਦਰ ਪਲਾਂਟ, ਪੌਦੇ, ਜਾਨਵਰ, ਪੰਛੀ, ਠੀਕ ਆ, ਇਹ ਸਾਰੇ ਆਉਂਦੇ ਆ। ਨੋਨ ਲਿਵਿੰਗ ਥਿੰਗਸ ਦੇ ਵਿੱਚ ਨੈਚੁਰਲੀ ਅਤੇ ਮੈਨ ਮੇਡ ਆਉਂਦੇ ਆ। ਮਤਲਬ ਕਿ ਨੋਨ ਲਿਵਿੰਗ ਥਿੰਗਸ ਕੁਝ ਚੀਜ਼ਾਂ ਇੱਦਾਂ ਦੀਆਂ ਆ ਸਾਡੇ ਮਤਲਬ ਸਰਾਊਂਡਿੰਗਸ ਦੇ ਵਿੱਚ ਅਵੇਲੇਬਲ ਆ, ਜਿਹੜੀਆਂ ਅਸੀਂ ਡੇਲੀ ਦੇਖਦੇ ਹਾਂ, ਜਿਹੜੀਆਂ ਅਸੀਂ ਖੁਦ ਬਣਾਈਆਂ ਆ, ਜਿੱਦਾਂ ਟੇਬਲ, ਚੇਅਰ, ਠੀਕ। ਔਰ ਕੁਛ ਹੈਗੀਆਂ ਜਿਹੜੀਆਂ ਨੈਚੁਰਲੀ ਅਵੇਲੇਬਲ ਆ, ਨੈਚੁਰਲੀ ਅਵੇਲੇਬਲ ਜਿੱਦਾਂ ਸਨ ਹੋ ਗਏ, ਕਲਾਊਡ ਹੋ ਗਏ ਔਰ ਮੂਨ ਹੋ ਗਏ, ਇਹ ਵੀ ਨੈਚੁਰਲੀ ਅਵੇਲੇਬਲ ਆ, ਲੇਕਿਨ ਇਹ ਸਾਹ ਨਹੀਂ ਲੈਂਦੇ, ਇਸ ਕਰਕੇ ਇਹਨਾਂ ਨੂੰ ਅਸੀਂ ਨੋਨ ਲਿਵਿੰਗ ਕੈਟੇਗਰੀ ਵਿੱਚ ਸਟੱਡੀ ਕਰਦੇ ਹਾਂ। ਔਰ ਟੇਬਲ, ਚੇਅਰ, ਬੁੱਕ ਔਰ ਇਨਸੈਕਟਰਾ, ਸਾਰਾ ਸਮਾਨ ਜੋ ਵੀ ਆਪਾਂ ਯੂਜ਼ ਕਰਦੇ ਹਾਂ, ਇਹ ਅਸੀਂ ਮੈਨ ਮੇਡ ਜੋ ਵੀ ਹੈ ਉਹ ਨੋਨ ਲਿਵਿੰਗ ਆ ਜਾਂਦਾ, ਕਿਉਂਕਿ ਉਹ ਸਾਹ ਨਹੀਂ ਲੈਂਦਾ, ਠੀਕ ਹੈ। ਅਤੇ ਇਹਦੇ ਅਗਰ ਅਸੀਂ ਡਿਟੇਲ 'ਚ ਥੋੜ੍ਹਾ ਕਰੈਕਟਰਿਸਟਿਕਸ ਪੜ੍ਹੀਏ, ਤਾਂ ਲਿਵਿੰਗ ਥਿੰਗਸ ਜਿਹੜੀਆਂ ਨੀਡ ਦਾ ਫੂਡ, ਠੀਕ ਹੈ, ਉਹਨਾਂ ਨੂੰ ਮਤਲਬ ਕਿ ਆਪਣੇ ਕੰਮ ਕਰਨ ਵਾਸਤੇ ਫੂਡ ਦੀ ਜ਼ਰੂਰਤ ਪੈਂਦੀ ਆ, ਸਾਹ ਲੈਣ ਲਈ ਲੈਂਦੇ ਨੇ, ਉਹ ਵਿਦ ਇਨ ਟਾਈਮ ਇਹ ਗਰੋ ਕਰਦੇ ਨੇ, ਜਿੱਦਾਂ ਛੋਟਾ ਬੱਚਾ ਆ ਹੌਲੀ ਹੌਲੀ ਵੱਡਾ ਹੁੰਦਾ ਗਿਆ ਔਰ ਉਹਦੀ ਗਰੋਥ ਹੁੰਦੀ ਗਈ, ਪੌਦੇ ਪਹਿਲਾਂ ਛੋਟੇ ਛੋਟੇ ਹੁੰਦੇ ਆ, ਪਲਾਂਟਸ ਫਿਰ ਵੱਡੇ ਹੋ ਜਾਂਦੇ ਆ, ਠੀਕ ਹੈ, ਫਿਰ ਮੂਵ ਕਰਦੇ ਆ, ਅਸੀਂ ਵੀ ਇੱਕ ਥਾਂ ਤੋਂ ਦੂਸਰੀ ਥਾਂ ਜਾ ਸਕਦੇ ਹਾਂ, ਅਸੀਂ ਸਾਡੀ ਚੁਆਇਸ ਹੁੰਦੀ ਆ, ਅਸੀਂ ਆਪ ਮੂਵ ਕਰਦੇ ਹਾਂ ਆਪਣੀ ਚੁਆਇਸ ਦੇ ਨਾਲ, ਈਵਨ ਇੱਕ ਛੋਟਾ ਬੇਬੀ ਵੀ ਵਿਦ ਇਨ ਟਾਈਮ ਮੂਵ ਕਰਨਾ ਸਟਾਰਟ ਕਰ ਦਿੰਦਾ ਆ, ਕਰੋਲਿੰਗ ਕਰਦਾ ਆ ਉਹ, ਰਾਈਟ। ਤਾਂ ਉਸ ਤੋਂ ਬਾਅਦ ਰੀਪ੍ਰੋਡਿਊਸ, ਰੀਪ੍ਰੋਡਿਊਸ ਦੇ ਵਿੱਚ ਕੀ ਆ ਕਿ ਇਹ ਆਪਣੇ ਵਰਗਾ ਹੀ ਇੱਕ ਹੋਰ ਵੀ ਰੀਪ੍ਰੋਡਿਊਸ ਕਰਦੇ ਆ, ਓਕੇ। ਔਰ ਉਸ ਤੋਂ ਬਾਅਦ ਰਿਸਪੋਂਡ ਟੂ ਚੇਂਜਿਸ ਟੂ ਦਾ ਸਰਾਊਂਡਿੰਗਸ, ਜਿੱਦਾਂ ਸਾਨੂੰ ਠੰਡ ਲੱਗਦੀ ਆ, ਗਰਮੀ ਲੱਗਦੀ ਆ, ਉਹਦੇ ਅਕੋਰਡਿੰਗਲੀ ਹੀ ਅਸੀਂ ਚੇਂਜਿਸ ਕਰਦੇ ਹਾਂ। ਇੱਦਾਂ ਹੀ ਪਲਾਂਟਸ ਦੇ ਬਾਰੇ ਅਗਰ ਦੇਖੀਏ ਤਾਂ ਉਹ ਵੀ ਵਿਦ ਇਨ ਟਾਈਮ ਚੇਂਜਿਸ ਆਪਣੇ ਜੋ ਹੈ ਉਹਨਾਂ ਨੂੰ ਫੋਲੋ ਕਰਦੇ ਆ ਚੇਂਜਿਸ ਨੂੰ, ਜਿੱਦਾਂ ਕਿ ਸਮਰਸ ਦੇ ਵਿੱਚ ਕਈ ਪਲਾਂਟ ਗਰੋ ਕਰਦੇ ਆ, ਕਈ ਵਿੰਟਰਸ 'ਚ ਕਰਦੇ ਆ, ਠੀਕ ਹੈ। ਤੋ ਕਈ ਇਨਡੋਰ ਆਪਾਂ ਕਹਿ ਦਿੰਦੇ ਹਾਂ, ਅੱਜ ਕੱਲ੍ਹ ਆਊਟਡੋਰ ਪਲਾਂਟਸ ਵੀ ਕਹਿ ਦਿੰਦੇ ਆ, ਉਹ ਸਾਰਾ ਕੀ ਆ ਰਿਸਪੋਂਡ ਟੂ ਦਾ ਚੇਂਜਿਸ, ਔਰ ਵਿਦ ਇਨ ਟਾਈਮ ਜੇ ਡਾਈ ਵੀ ਕਰ ਜਾਂਦੇ ਆ। ਆਪਣਾ ਇੱਕ ਲਾਈਫ ਸਾਈਕਲ, ਇਹਨਾਂ ਦਾ ਇੱਕ ਲਾਈਫ ਸਾਈਕਲ ਹੁੰਦਾ ਆ, ਉਹ ਲਾਈਫ ਸਾਈਕਲ ਨੂੰ ਇਹ ਪੂਰਾ ਕਰਦੇ ਆ, ਉਸ ਤੋਂ ਬਾਅਦ ਇਹ ਡਾਈ ਕਰ ਜਾਂਦੇ ਆ, ਠੀਕ ਹੈ। ਜਦੋਂ ਛੋਟਾ ਬੱਚਾ ਆ, ਵਿਦ ਇਨ ਟਾਈਮ ਗਰੋ ਹੋਇਆ, ਯੰਗ ਹੋਇਆ, ਯੰਗ ਤੋਂ ਬਾਅਦ ਏਜ ਹੋਇਆ, ਏਜ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ, ਇਹ ਇੱਕ ਨੈਚੁਰਲ ਪ੍ਰੋਸੈਸ ਆ ਲਿਵਿੰਗ ਥਿੰਗਸ ਦਾ। ਔਰ ਜਿਹੜਾ ਨੋਨ ਲਿਵਿੰਗ ਥਿੰਗਸ ਦੀ ਅਗਰ ਅਸੀਂ ਗੱਲ ਕਰੀਏ, ਉਹਦੇ ਵਿੱਚ ਇਹਨਾਂ ਵਿੱਚੋਂ ਕੋਈ ਵੀ ਫੀਚਰ ਨਹੀਂ ਹੁੰਦਾ, ਮਤਲਬ ਜਿਹੜੇ ਇਹ ਸਾਰੇ ਅਸੀਂ ਫੀਚਰ ਸਟੱਡੀ ਕੀਤੇ ਲਿਵਿੰਗ ਥਿੰਗਸ ਦੇ ਬਾਰੇ, ਨੋਨ ਲਿਵਿੰਗ ਦੇ ਵਿੱਚ ਇਹਨਾਂ ਵਿੱਚੋਂ ਕੁਝ ਵੀ ਨਹੀਂ ਹੁੰਦਾ, ਠੀਕ ਹੈ। ਅਤੇ ਅੱਜ ਦੇ ਵਾਸਤੇ ਇਸ ਇਹਦੇ ਵਿੱਚ ਇੰਨਾ ਹੀ, ਨੈਕਸਟ ਕਲਾਸ ਦੇ ਵਿੱਚ ਅਸੀਂ ਇਹਦੀ ਡਿਟੇਲ ਦੇ ਵਿੱਚ ਹੋਰ ਪੜ੍ਹਾਂਗੇ ਇਹਦੇ ਬਾਰੇ, ਠੀਕ ਹੈ। ਔਰ ਉਹਦੇ ਬਾਰੇ ਜਾਣਨ ਵਾਸਤੇ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਥੈਂਕ ਯੂ।